ਕੈਨੇਡਾ ਸਰਕਾਰ ਵੱਲੋਂ ਆਪਣੀ ਸੇਫਟੀ ਰਿਪੋਰਟ ਦੇ ਵਿੱਚ ਸਿੱਖ ਅਤਵਾਦੀ ਜਾਂ ਸਿੱਖ ਵਕਵਾਦੀ ਸ਼ਬਦ ਵਰਤਿਆ ਗਿਆ ਜਿਸ ਤੋਂ ਬਾਅਦ ਪੂਰੇ ਕੈਨੇਡਾ ਭਾਰ ਵਿੱਚ ਵਸਦੇ ਸਿੱਖਾਂ ਨੇ ਇਸ ਦਾ ਡਟਮਾ ਵਿਰੋਧ ਕੀਤਾ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਐ ਐਮਪੀਜ਼ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਆਪਣਾ ਵਿਰੋਧ ਪ੍ਰਗਟ ਕੀਤਾ ਗਿਆ ਤੇ ਆਖਿਰਕਾਰ ਇਸ ਰਿਪੋਰਟ ਦੇ ਵਿੱਚੋਂ ਸਿੱਖ ਸ਼ਬਦ ਬਾਹਰ ਕੱਢ ਲਿਆ ਗਿਆ ਇਸ ਬਾਰੇ ਗੱਲ ਕਰਨ ਲਈ ਮੇਰੇ ਨਾਲ ਨੇ ਐਮਪੀ ਰੂਬੀ ਸੋਤਾ ਰੂਬੀ ਇਹ ਜਦੋਂ ਫੈਸਲਾ ਲਿਆ ਗਿਆ ਹੁਣੇ ਸ਼ਬਦ ਕੱਢਣ ਦਾ ਤੁਹਾਨੂੰ ਵੀ ਪਤਾ ਤੁਹਾਡੇ ਨਾਲ ਵੀ ਅਸੀਂ ਮੁਲਾਕਾਤਾਂ ਕਰ ਚੁੱਕੇ ਹਾਂ ਇਸ ਮੁੱਦੇ ਤੇ ਉਹਨੂੰ ਲੈ ਕੇ ਹੁਣੇ ਸ਼ਬਦ ਜਦੋਂ ਕੱਢ ਕਾ ਇਵ ਫੈਸਲਾ ਕਿਵੇਂ ਹੋਇਆ ਆ ਇਹ ਫੈਸਲਾ ਇਹ ਡਿਸੀਜਨ ਜਿਹੜਾ ਹੈਗਾ ਇਕਦਮ ਨਹੀਂ ਬਣਾਇਆ ਗਿਆ ਹੈਗਾ ਜਿਸ ਤਰ੍ਹਾਂ ਮਨਿਸਟਰ ਨੇ ਵੀ ਕਿਹਾ ਸੀ ਵੀ ਕਹਿ ਰਹੇ ਹੈਗੇ ਆ ਵੀ ਡਿਸੰਬਰ ਤੋਂ ਲੈ ਕੇ ਪ੍ਰੋਸੈਸ ਆਨ ਗoing ਸੀਗਾ ਇਸ ਰਿਪੋਰਟ ਨੂੰ ਲਿਖਣ ਵਾਲੀਆਂ ਕੁਝ 18 ਡਿਫਰੈਂਟ ਏਜੰਸੀਜ਼ ਐਂਡ ਡਿਪਾਰਟਮੈਂਟਸ ਹੈਗੇ ਨੇ ਜਿਹੜੀ ਇੰਡੀਪੈਂਡੈਂਟਲੀ ਇਸ ਰਿਪੋਰਟ ਦੇ ਵਿੱਚ ਇਨਫੋਰਮੇਸ਼ਨ ਫੀਡ ਕਰਦੇ ਹੈਗੇ ਨੇ ਤੇ ਫਿਰ ਇਹ ਟਰਰ ਰਿਪੋਰਟ ਲਿਖੀ ਜਾਂਦੀ ਹੈਗੀ ਆ ਇਹ ਕੋਈ ਗਵਰਨਮੈਂਟ ਜਾਂ ਪਾਰਟੀ ਇਸ ਰਿਪੋਰਟ ਨੂੰ ਨਹੀਂ ਲਿਖਦੇ ਦਿਸ ਇਜ਼ A report that's written without any kind of political interference or influence. Koy, um ਤੂシン ਕੀ ਸੋਚਦੇ ਹੈਗੇ ਹਾਂ ਜਾਂ ਮੈਂ ਕੀ ਚਾਹਨੀ ਹੈ ਕਿ ਜਾਂ OS ਰਿਪੋਰਟ ਦੇ ਵਿੱਚ ਨਹੀਂ ਲਿਖਿਆ ਜਾਂਦਾ ਹੈਗਾ ਪਰ ਡੈਫੀਨਿਟਲੀ ਜਿਸ ਸਲੋਟ ਉਹਨਾਂ ਨੇ ਇਹ ਰਿਪੋਰਟ ਲਿਖੀ ਹੈਗੀ ਆ ਉਹਦੇ ਤੋਂ ਸਾਫ਼-ਸਾਫ਼ ਸਾਨੂੰ ਨਜ਼ਰ ਆ ਰਿਹਾ ਸੀ ਐਂਡ ਆਬਵੀਅਸਲੀ ਜੋ ਆਊਟਕਰਾਇ ਵੀ ਕਮਿਊਨਿਟੀ ਤੋਂ ਸੀਗੀ ਵੀ ਜਿਹੜੇ ਰਿਪੋਰਟ ਦੇ ਵਿੱਚ ਉਹ ਲਵਜ਼ ਵਰਤੇ ਗਏ ਹੈਗੇ ਨੇ ਜਿਸ ਤਰ੍ਹਾਂ ਸਿੱਖ ਸੁੰਨੀ ਐਂਡ ਸ਼ੀਆ ਆ ਉਹ ਕਿਸੇ ਨਾ ਕਿਸੇ ਧਰਮ ਦੇ ਨਾਲ ਜੁੜੇ ਹੋਏ ਲਵਜ਼ ਹੈਗੇ ਨੇ ਇੱਕ ਧਰਮ ਨੂੰ ਡਿਸਕ੍ਰਾਈਬ ਕਰਦੇ ਹੈਗੇ ਨੇ ਐਂਡ ਸਾਰੀ ਕਮਿਊਨਿਟੀ ਨੂੰ ਉਹ ਫਿਰ ਬਦਨਾਮ ਕਰਦੇ ਹੈਗੇ ਨੇ ਐਂ ਉਹ ਬਿਲਕੁਲ ਗਲਤ ਹੈਗਾ ਸੀਗਾ ਅ ਅਸੀਂ ਫਰਦਰ ਕੰਟੈਕਸਟ ਵੀ ਮੰਗਿਆ ਹੈਗਾ ਜਿਨ੍ਹਾਂ ਕੋਲ ਕਲੀਅਰੈਂਸ ਹੈਗੀ ਆ ਉਹਨਾਂ ਨੇ ਸਿਕਿਉਰਿਟੀ ਬਰੀਫਿੰਗਸ ਆਪਦੀਆਂ ਲਈਆਂ ਵੀ ਹੈਗੀਆਂ ਨੇ ਆ ਤੇ ਉਹ ਕਹਿ ਰਹੇ ਹੈਗੇ ਨੇ ਵੀ ਇਹ ਜਿਹੜਾ ਸੈਕਸ਼ਨ ਹੈਗਾ ਸੋ ਇਹ ਧਿਆਨ ਮੈਂ ਸਾਰਿਆਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੀ ਹੈਗੀ ਆ ਵੀ ਜਿਹੜਾ ਸੈਕਸ਼ਨ ਹੈਗਾ ਇਹ ਕੋਈ ਜਾਣਬੁੱਝ ਕੇ ਇਸ ਸੈਕਸ਼ਨ ਨਹੀਂ ਵਿੱਚ ਪਾਇਆ ਗਿਆ ਹੈਗਾ ਵੀ ਕਨਸਰਨਸ ਹੈਗੇ ਨੇ ਆਪਣੇ ਕੰਟਰੀ ਦੇ ਵਿੱਚ ਜੋ ਉਠਰੇ ਹੈਗੇ ਨੇ ਤਾਂ ਕਰਕੇ ਇਹ ਸੈਕਸ਼ਨ ਆਇਆ ਪਾਇਆ ਗਿਆ ਹੈਗਾ ਆ there are real evidence and reasons for this ਇਹ ਐਵਿਡੈਂਸ ਇਹ ਆਪਣੇ ਨਾਲ ਨਹੀਂ ਸ਼ੇਅਰ ਕਰ ਸਕਦੇ ਹੈਗੇ ਕਿਉਂਕਿ ਇਹ ਕਈ ਵਾਰ ਦੇਸ਼ ਦੇ ਕੁਝ ਰਾਜ਼ ਹੁੰਦੇ ਹੈਗੇ ਨੇ ਇੰਟੈਲੀਜੈਂਸ ਏਜੰਸੀ ਦੇ ਰੀਜਨਸ ਹੁੰਦੇ ਹੈਗੇ ਨੇ ਇਹ ਐਵਿਡੈਂਸ ਨੂੰ ਕਮਿਊਨਿਟੀ ਐਂਡ ਪਬਲਿਕ ਨਾ ਬਨ 온 ਲਈ ਸੋ ਪਰ ਆਈ ਗੈਸ ਜਿਹੜੀ ਲਵਸ ਹੈਗੇ ਸੀਗੇ ਉਹ ਬਿਲਕੁਲ ਹੀ ਗਲਤੀ ਕੋਈ ਨਹੀਂ ਹਰੇਕ ਹੀ ਬੰਦਾ ਕਹਿ ਰਿਹਾ ਸੀਗਾ ਵੀ ਇਹ ਲਵਸ ਕਿਉਂ ਵਰਤੇ ਗਏ ਸਾਨੂੰ ਖੁਦ ਬਹੁਤ ਦੁੱਖ ਹੋਇਆ ਵੀ ਐਸ ਅ ਗਵਰਨਮੈਂਟ ਸਾਡੇ ਹੁੰਦੇ ਹੋਏ ਇਹ ਰਿਪੋਰਟ ਇਸ ਤਰ੍ਹਾਂ ਨਿਕਲ ਆਈ ਦੇ ਸ਼ੁੱਡ ਬੀ ਮੋਰ ਸੈਂਸਿਟਿਵ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਸੀ ਵੀ ਇਹ ਕਿਸ ਤਰ੍ਹਾਂ ਕਮਿਊਨਿਟੀ ਨੂੰ ਹਰਟ ਕਰ ਸਕਦਾ ਪਰ ਇਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਸੀ ਕਿ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਕਿ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਉਹਨਾਂ ਚੋਣਾਂ ਦੇ ਵਿੱਚ ਲਿਬਰਲਸ ਦਾ ਜਿਹੜਾ ਵਿਰੋਧ ਉਹ ਕੀਤਾ ਜਾਣਾ ਸੀ ਇੱਕ ਵੀ ਦੋਸ਼ ਲੱਗਦੇ ਰਹੇ ਕਿ ਤੁਹਾਡੇ ਸਾਹਮਣੇ ਵੀ ਜਿਹੜੀ ਟਾਊਨ ਹਾਲ ਮੀਟਿੰਗ ਹੋਈ ਉਹਦੇ ਵਿੱਚ ਵੀ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਦਬਾਅ ਹੇਠ ਜਿਹੜੀ ਕੈਨੇਡਾ ਗਵਰਨਮੈਂਟ ਨੇ ਇਹ ਮੱਧ ਵਿੱਚ ਪਾਈ ਹੈਗੀ ਇਹਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਇਹ ਗਲਤ ਹੈਗਾ ਆ ਆਈ ਥਿੰਕ ਇਹ ਇਸ਼ੂ ਨੂੰ ਇਸ ਤਰ੍ਹਾਂ ਵਧਣ ਹੋਰ ਪੋਲਿਟਿਕਾਈਜ਼ ਨਹੀਂ ਕੀਤਾ ਜਾਣਾ ਚਾਹੀਦਾ ਸਾਡੀਆਂ ਏਜੰਸੀਜ਼ ਬਹੁਤ ਸਮਝਦਾਰ ਹੈਗੀਆਂ ਨੇ ਉਹ ਜਦੋਂ ਕੋਈ ਗਲਸ ਟਿਪਸ ਉਹਨਾਂ ਨੂੰ ਮਿਲਦੇ ਹੈਗੇ ਆ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਹੁੰਦਾ ਕੋਈ ਉਹਦੀ ਥੱਲੇ ਕੋਈ ਐਵੀਡੈਂਸ ਉਹਨਾਂ ਨੂੰ ਕੈਨੇਡਾ ਦੇ ਵਿੱਚ ਨਹੀਂ ਮਿਲਦਾ ਹੈਗਾ ਉਹ ਉਸ ਟਿਪਸ ਨੂੰ ਨਹੀਂ ਮੰਨਦੇ ਹੈਗੇ ਪਰ ਜਿਨ੍ਹਾਂ ਚੀਜ਼ਾਂ ਦਾ ਉਹਨਾਂ ਕੋਲ ਐਵੀਡੈਂਸ ਹੈਗਾ ਆ ਉਹਨਾਂ ਤੇ ਤਾਂ ਆਪਨਾ ਸਾਰਿਆਂ ਦਾ ਆ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਹੈਗਾ ਜੇ ਉਸ ਚੀਜ਼ਾਂ ਤੇ ਉਹ ਕੰਮ ਕਰ ਰਹੇ ਹੈਗੇ ਆ ਵੀ ਸ਼ੁੱਡ ਮੇਕ ਸ਼ੋਰ ਦੈਟ ਵੀ ਸ਼ੁੱਡ ਵਾਂਟ ਆਰ ਸਿਕਿਉਰਿਟੀ ਏਜੰਸੀਜ਼ ਟੂ ਮੇਕ ਦਿਸ ਕੰਟਰੀ ਅ ਸੇਫ ਪਲੇਸ ਐਂਡ ਕੋਈ ਵੀ ਗਵਰਨਮੈਂਟ ਹੁੰਦੀ ਪਾਵੇਂ ਲਿਬਰਲ ਪਾਵੇਂ ਕੰਜ਼ਰਵੇਟਿਵ ਪਾਵੇਂ ਐਂਡੀਪੀ ਹੁੰਦੇ ਆ ਰਿਪੋਰਟ ਤੇ ਉਹਨਾਂ ਨੇ ਏਜੰਸੀਜ਼ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਕਹੇ ਤੇ ਨਹੀਂ ਕੰਮ ਕਰਦੀਆਂ ਹੈਗੀਆਂ ਉਹਨਾਂ ਨੇ ਉਸ ਤਰ੍ਹਾਂ ਹੀ ਕੰਮ ਕਰਨਾ ਹੈਗਾ ਆ ਜਿਸ ਤਰ੍ਹਾਂ ਕਰਦੇ ਰਹੇ ਹੈਗੇ ਨੇ ਐਂਡ ਆਈ ਥਿੰਕ ਆਪਾਂ ਨੂੰ ਉਹਨਾਂ ਤੇ ਕੁਝ ਭਰੋਸਾ ਵੀ ਰੱਖਣਾ ਚਾਹੀਦਾ ਹੈਗਾ ਬਿਕਾਜ਼ ਕੈਨੇਡਾ ਇਜ਼ ਅ ਵੈਰੀ ਸੇਫ ਕੰਟਰੀ ਉਹ ਵਾਕੇ ਕੁਛ ਨਾ ਕੁਛ ਤਾਂ ਸਹੀ ਕਰ ਹੀ ਰਹੇ ਹੈਗੇ ਨੇ ਜਿਹਦੇ ਕਰਕੇ ਕੈਨੇਡਾ ਚ ਇੰਨੀ ਡਾਈਵਰਸਿਟੀ ਵੀ ਹੈਗੀ ਆ ਆ ਪਰ ਮੈਂ ਤੁਸੀ ਰਾਈਟ ਜਿਵੇਂ ਰਾਈਟ ਵੇਂਗ ਤੇ ਲੈ ਲੋ ਜਾਂ ਲੈਫਟ ਤੇ ਲੈ ਲੋ ਵੀ ਹੈਵ ਸੋ ਮਨੀ ਡਿਫਰੈਂਟ ਪੁਆਇੰਟਸ ਆਫ ਵਿਊ ਸੋ ਮਨੀ ਆਈਡੀਓਲੋਜੀਜ਼ ਪਰ ਆਪਾਂ ਫਿਰ ਵੀ ਫੇਰਲੀ ਸੇਫ ਕੰਟਰੀ ਦੇ ਵਿੱਚ ਰਹਨੇ ਹੈਗੇ ਆ ਐਂਡ ਉਹਨਾਂ ਨੂੰ ਕੁਝ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਇਸ ਗੱਲ ਦਾ ਜੋ ਲੋਕ ਪੋਲਿਟਿਸਾਈਜ਼ ਇਹਨੂੰ ਕਰ ਰਹੇ ਹੈਗੇ ਨੇ ਇਲੈਕਸ਼ਨ ਵੇਲੇ ਅਬਦੀਆ ਪਾਰਟੀਆਂ ਨੂੰ ਜੇ ਤੋਨਾ ਚਾਹੁੰਦੇ ਹੈਗੇ ਨੇ ਆਈ ਥਿੰਕ ਉਹ ਗਲਤ ਹੈਗਾ ਕਿਉਂਕਿ ਉਹ ਸਾਰੀ ਕਮਿਊਨਿਟੀ ਨੂੰ ਡੈਮੇਜ ਕਰ ਰਹੇ ਹੈਗੇ ਨੇ ਇਸ ਗੱਲ ਨੂੰ ਜਿਆਦਾ ਅਠਲੋ ਅਠਾ ਚਕਾ ਕੇ ਜੋ ਇਸ਼ੂ ਸੀ ਅਸੀਂ ਸਾਰਿਆਂ ਦੀ ਗੱਲ ਸੁਣੀ ਮੈਂ टाउन ਹਾਲ ਮੀਟਿੰਗ ਤੇ ਵੀ ਪਹੁੰਚੀ ਸੋਨਣ ਲਈ ਸਾਰਿਆਂ ਦਾ ਜਿਹੜਾ ਕੀ ਪੱਖ ਹੈਗਾ ਆ ਕੀ ਉਹਨਾਂ ਦਾ ਕੰਸਰਨ ਹੈਗਾ ਆ ਤੇ ਮੈਂ ਸਹਿਮਤ ਵੀ ਹੈਗੀ ਆ ਕਈ ਗੱਲਾਂ ਦੇ ਵਿੱਚ ਉਹਨਾਂ ਦੇ ਨਾਲ ਵੀ ਇਹ ਕੰਸਰਨ ਹੋਣਾ ਚਾਹੀਦਾ ਸੀ ਅਸੀਂ ਸਟੈਪ ਬਾਈ ਸਟੈਪ ਐਕਸ਼ਨ ਲਿਆ ਐਂਡ ਉਹਨੂੰ ਰਿਜ਼ੋਲਵ ਕੀਤਾ ਅੱਜ ਤੋਂ ਬਾਅਦ ਜਿਹੜਾ ਸਿੱਖ ਜਾਂ ਖਾਲਸਤਾਨੀ ਲਫ਼ਜ਼ਿਆ ਉਹ ਨਹੀਂ ਵਰਤੇ ਆ ਜਾਏਗਾ ਨਾ ਕਿ ਸਿਰਫ ਇਸ ਰਿਪੋਰਟ ਦੇ ਵਿੱਚ ਪਰ ਹੋਰ ਵੀ ਹਾਲ ਆਫ ਗਵਰਨਮੈਂਟ ਅਪਰੋਚ ਲਿਆ ਗਿਆ ਹੈਗਾ ਜਿੰਨੀਆਂ ਵੀ ਏਜੰਸੀਜ਼ ਨੇ ਉਹਨਾਂ ਨੂੰ ਸੈਂਸਿਟਿਵਿਟੀ ਟ੍ਰੇਨਿੰਗ ਮਿਲ ਰਹੀ ਹੈਗੀ ਆ ਅਨਬਾਇਸ ਜਿੰਨੇ ਵੀ ਸਾਰੇ ਡਾਕੂਮੈਂਟਸ ਹੁਣ ਗਵਰਨਮੈਂਟ ਦੇ ਵਿੱਚੋਂ ਨਿਕਲਣਗੇ ਉਹ ਇੱਕ ਅਨਬਾਇਸ ਤਰੀਕੇ ਦੇ ਨਾਲ ਦੇ ਆਰ ਗੋਇੰਗ ਟੂ ਹੈਵ ਟੂ ਮੇਕ ਸ਼ੋਰ ਥੈਟ ਦੇਰ ਇਜ਼ ਨਾਥਿੰਗ ਲਾਈਕ ਥੈਟ ਇਨ ਦੋਸ ਡਾਕੂਮੈਂਟਸ ਇਸ ਡਾਕੂਮੈਂਟ ਦੇ ਵਿੱਚ ਅਸੀਂ ਹੋਰ ਵੀ ਕਈ ਚੀਜ਼ਾਂ ਦੇਖੀਆਂ ਹੈਗੀਆਂ ਨੇ ਵੀ ਆ ਕੈਨੇਡਾ ਨੇ ਐਗਰੀ ਕੀਤਾ ਸੀ ਵੀ ਡਾਇਸ਼ਵਰਡ ਯੂਜ਼ ਕਰਨਗੇ ਆਈਸਲ ਅਸਲਾਮਿਸ ਟੈਰਰਿਜ਼ਮ ਨੂੰ ਨਹੀਂ ਯੂਜ਼ ਕਰਨਗੇ ਇਸ ਰਿਪੋਰਟ ਦੇ ਵਿੱਚ ਕਿਵੇਂ ਨਾ ਕਿਵੇਂ ਉਸ ਏਜੰਸੀ ਨੇ ਉਹਦੇ ਤੇ ਵੀ ਬੈਕ ਸਟੈਪ ਲੈ ਕੇ ਓਵਰਡਸ ਦੁਆਰਾ ਯੂਜ਼ ਕਰਨ ਲੱਗੇ ਸੋ ਕਿਤਨਾ ਕਿਤੇ ਇਸ ਏਜੰਸੀਜ਼ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕਿ ਜਾਂ ਜੋ ਰਾਈਟਰ ਸੀਐਸ ਰਿਪੋਰਟ ਦਾ ਬਿਉਨਾ ਕੋਲ ਪ੍ਰੋਪਰ ਟ੍ਰੇਨਿੰਗ ਨਹੀਂ ਸੀਗੀ ਵੀ ਇਸ ਰਿਪੋਰਟ ਨੂੰ ਕਿਸ ਕਿਸ ਤਰ੍ਹਾਂ ਦੇ ਲਵਜ਼ ਵਰਤਨੇ ਹੈਗੇ ਨੇ ਵੀ ਕਿ ਫੋਰ ਡੈਮੇਜ ਨਾ ਹੋਵੇ ਕਮਿਊਨਿਟੀ ਦੇ ਵਿੱਚ ਪਰ ਓਨਰ ਸਮਝ ਤੁਸੀਂ ਦੇਖੋਗੇ ਇਸ ਇਨਸੀਡੈਂਟ ਤੋਂ ਬਾਅਦ ਇਹ ਹਰ ਇੱਕ ਕਮਿਊਨਿਟੀ ਲਈ ਨਾ ਕਿ ਆਪਣੀ ਸਿਰਫ ਕਮਿਊਨਿਟੀ ਲਈ ਔਰ ਨਾਲੇ ਟਾਈਮ ਦੇ ਵਿੱਚ ਇਹ ਸਭ ਫਿਕਸ ਹੋ ਜਾਏਗਾ ਮੁੜ ਕੇ ਨਹੀਂ ਹੋਏਗਾ ਮੈਂ ਇਹ ਨਹੀਂ ਕਹਿ ਸਕਦੀ ਵੀ ਟੈਰਰਿਜ਼ਮ ਦੇ ਕੋਈ ਇਸ਼ੂਜ਼ ਨਹੀਂ ਉੱਠਣਗੇ ਭਾਵੇਂ ਆਪਣੀ ਕਮਿਊਨਿਟੀ ਦੇ ਵਿੱਚੋਂ ਜਾਂ ਕਿਸੇ ਹੋਰ ਕਮਿਊਨਿਟੀ ਦੇ ਵਿੱਚੋਂ ਪਰ ਜਿਹੜੀ ਐਂਟਾਇਰ ਕਮਿਊਨਿਟੀ ਹੈਗੀ ਆ ਉਹਨੂੰ ਕਦੇ ਦੋਸ਼ ਨਹੀਂ ਦਿੱਤਾ ਜਾਏਗਾ ਉਹਨੂੰ ਬਲੇਮ ਨਹੀਂ ਕੀਤਾ ਜਾਊਗਾ ਹੁਣ ਕੱਲਾ ਸਿੱਖ ਸ਼ਬਦ ਕੱਢਿਆ ਗਿਆ ਜਾਂ ਸ਼ੀਆ ਜਾਂ ਸੁੰਨੀ ਉਹ ਸ਼ਬਦ ਕੱਢ ਦਿੱਤੇ ਗਏ ਨੇ ਉਹ ਵੀ ਕੱਢੇ ਜਾਣਗੇ ਆ ਉਹਨਾਂ ਦੀ ਕੌਂਸਲਟੇਸ਼ਨਸ ਹੋ ਰਹੀਆਂ ਹੈਗੀਆਂ ਨੇ ਵੀ ਉਹਨਾਂ ਦੇ ਪਲੇਸ ਦੇ ਵਿੱਚ ਕਿਹੜੇ ਲਵਜ਼ ਵਰਤੇ ਜਾਣ ਆ ਕਿਉਂਕਿ ਇਹ ਸਿਰਫ ਇਸ ਰਿਪੋਰਟ ਲੈਣੀ ਹੈਗਾ ਜਿਸ ਤਰ੍ਹਾਂ ਮੈਂ ਕਹਿ ਰਹੀ ਹੈਗੀ ਜਾਂ ਦੇ ਹੈਡ ਟੂ ਟਾਕ ਟੂ ਆਰ 5 ਆਈ ਕੰਟਰੀਜ਼ ਐਸ ਵੈਲ ਜਿਹੜੇ ਆਪਣੇ ਦੂਜੇ ਆਈ ਕੰਟਰੀਜ਼ ਹੈ ਕਿ ਆ ਨਾ ਵੀ ਉਹ ਇਸ ਤਰੀਕੇ ਨਾਲ ਡਿਸਕ੍ਰਾਈਬ ਕਰਦੇ ਹੈਗੇ ਆ ਤੇ ਕਿਸ ਤਰ੍ਹਾਂ ਨਹੀਂ ਡਿਸਕ੍ਰਾਈਬ ਕਰਦੇ ਇੱਕ ਯੂਨੀਫਾਈਡ ਅਪਰੋਚ ਲੈ ਕੇ ਸਿੰਗਾਹਾਂ ਤੋਂ ਇਸ ਤਰੀਕੇ ਨਾਲ ਅਪਰੋਚ ਕਰਾਂਗੇ ਸੋ ਉਹ ਵੀ ਕੱਡੇ ਜਾਣਗੇ ਕੁਝ ਹਫ਼ਤਿਆਂ ਦੇ ਵਿੱਚ ਤੁਸੀਂ ਉਹ ਵੀ ਦੇਖੋਗੇ ਇਹ ਅਸਾਂ ਜੇ ਐਮਪੀ ਰੂਬੀਸ ਹੁੰਦਾਤੇ ਅਸੀਂ ਗੱਲ ਕਰਦੇ ਹਾਂ ਕਮਿਊਨਿਟੀ ਦੇ ਬਾਕੀ ਲੋਕਾਂ ਦੇ ਨਾਲ ਪ੍ਰਾਈਮ ভিউਸ ਦੇ ਵਿੱਚ ਕਿ ਉਹ ਕੀ ਸੋਚਦੇ ਨੇ ਕਿ ਇਹ ਸਿੱਖ ਸ਼ਬਦ ਹੁਣ ਕੱਢਿਆ ਜਾਣਾ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਕੀ ਉਹਨੂੰ ਆਉਂਦੀਆਂ ਚੋਣਾਂ ਦੇ ਨਾਲ ਜੋੜ ਕੇ ਦੇਖਦੇ ਆ ਜਾਂ ਸਿਰਫ ਇਸ ਵਕਤ ਸਰਕਾਰ ਨੂੰ ਜਿਵੇਂ ਸਰਕਾਰ ਦੇ ਉੱਪਰ ਦਬਾਅ ਬਣਾਇਆ ਗਿਆ ਉਸ ਦਾ ਨਤੀਜੇ ਵਜੋਂ ਦੇਖਦੇ ਆ ਗੱਲ ਕਰਦੇ ਆ ਕਮਿਊਨਿਟੀ ਦੇ ਬਾਕੀ ਲੋਕਾਂ ਦੇ ਨਾਲ ਮੈਂ ਕਹਾਂ ਪਹਿਲਾਂ ਬਹੁਤ ਹੀ ਵਧੀਆ ਹੋਇਆ ਜੀ ਜਿਹੜਾ ਸਾਡੀ ਸਾਡੀ ਸਿੱਖ ਕਮਿਊਨਿਟੀ ਦੇ ਲਈ ਜਿਹੜਾ ਸਿੱਖ ਸ਼ਬਦ ਇਹਨਾਂ ਨੇ ਜਿਹੜਾ ਇੱਕ ਐਜ਼ ਅ ਟੈਰਰਿਸਟ ਵਰਤਿਆ ਸੀਗਾ ਕਿਉਂਕਿ ਸਾਡੇ ਜੇ ਆਪਾਂ ਦੇਖੀਏ ਜੀ ਕੈਨੇਡਾ ਵਿੱਚ ਜਦੋਂ ਤੋਂ ਸਾਰੇ ਵਾਲੇ ਦੇ ਵਿੱਚ ਹੀ ਦੇਖੀਏ ਤੇ ਸਿੱਖਾਂ ਦਾ ਜੋ ਵੀ ਅੱਜ ਤਾਈਂ ਰਿਹਾ ਆ ਰੋਲ ਉਹ ਕਿਸੇ ਤੋਂ ਲੁਕਿਆ ਨਹੀਂ ਨਾ ਹੀ ਕਿਸੇ ਦੱਸਣ ਦੀ ਕੋਈ ਲੋੜ ਹੈ ਜੀ ਪਰ ਇਹ ਆਈ ਡੋਨਟ ਨੋ ਕੀ ਚੱਕਰ ਹੋਇਆ ਸੀ ਕਬੀ ਸਕਿਉਰਿਟੀ ਦੇ ਵਿੱਚ ਇਹਨਾਂ ਜਿਹੜਾ ਟੈਰਰਿਸਟ ਸ਼ਬਦ ਵਰਕੇ ਸਾਡੇ ਸਿੱਖਾਂ ਨੂੰ ਵੀ ਸਿੱਖਾਂ ਤੋਂ ਖਤਰਾ ਆ ਜਾਂ ਸਕਿਉਰਿਟੀ ਨੂੰ ਬਹੁਤ ਹੀ ਮੰਦ ਭਾਗੀ ਚੀਜ਼ ਸੀ ਪਰ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਜਿਹੜਾ ਇਹਨਾਂ ਨੇ ਪ੍ਰੈਸ਼ਰਾਈਜ਼ ਸਾਰੇ ਐਮਪੀਜ਼ ਨੂੰ ਮੀਟਿੰਗ ਤੁਹਾਨੂੰ ਪਤਾ ਹੈ ਪਿਛਲੇ ਸਾਲ ਹੋਈ ਆ ਇਹ ਕੱਢਿਆ ਗਿਆ ਸ਼ਬਦ ਇਹਨਾਂ ਬਹੁਤ ਹੀ ਵਧੀਆ ਗੱਲ ਹੈ ਜੀ ਸਾਡੇ ਕੱਲੀ ਸਾਡੇ ਲਈ ਸਾਡੇ ਆਉਣ ਵਾਲੀ ਜਿਹੜੀ ਨਸਲ ਹੈ ਜੀ ਜਿਹੜੇ ਸਾਡੇ ਬੱਚੇ ਆ ਜਿਹੜੇ ਗਰੋ ਅਪ ਇੱਥੇ ਹੋ ਰਹੇ ਆ ਕਿਉਂਕਿ ਉਹਨਾਂ ਦੇ ਲਈ ਵੀ ਬਹੁਤ ਵਧੀਆ ਗੱਲ ਆ ਤੇ ਮੈਂ ਤੇ ਕਹਿੰਨਾ ਜੀ ਆਲ ਆਫ ਕਮਿਊਨਿਟੀ ਇਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੀ ਇਸ ਸਾਰੀ ਚੀਜ਼ ਨੂੰ ਤੇ ਮੈਂ ਤੇ ਇਹ ਕਹੂੰਗਾ ਜੀ ਇਸ ਵੈਰੀ ਗੁੱਡ ਥ ਜੋ ਰੌਲਫ ਗੋਡਲ ਨੇ ਅਨਾਉਂਸਮੈਂਟ ਕੀਤੀ ਆ ਕਿ ਵੀ 2018 ਦੀ ਟੈਟਰ ਰਿਪੋਰਟ ਵਿੱਚੋਂ ਸਿੱਖ ਬ੍ਰੈਕਟ ਖਾਲਸਤਾਨੀ ਲਫ਼ਜ਼ ਹੁਣ ਉਡਾ ਦਿੱਤਾ ਗਿਆ ਹੈ ਉਸ ਤੋਂ ਬਾਹਰ ਕੱਢਿਆ ਗਿਆ ਹੈ ਇਹ ਇੱਕ ਪਹਿਲਾ ਸਟੈਪ ਅਸੀਂ ਮੰਨਦੇ ਆ ਚੰਗਾ ਸਟੈਪ ਆ ਤੇ ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਤਕਰੀਬਨ ਸਾਰੇ ਮਿਨਿਸਟਰ ਸਾਰੇ ਐਮਪੀ ਇਸ ਗੱਲ ਤੇ ਸਹਿਮਤ ਸੀ ਕਿ ਵਰਡ ਜਿਹੜਾ ਹੈਗਾ ਆ ਇਹ ਗਲਤ ਵਿੱਚ ਪਾਇਆ ਗਿਆ ਤੇ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਟਿੱਪਣੀਆਂ ਕਰ ਰਹੇ ਨੇ ਤਾਂ ਮੈਂ ਉਸ ਤੇ ਬਾਲਾ ਮੈਂ ਪ੍ਰਵਾਹ ਨਹੀਂ ਕਰਦਾ ਕਿਉਂਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਵੀ ਜਿਹੜੇ ਮਿਨਿਸਟਰ ਨੇ ਕੈਨੇਡੀਅਨ ਭਾਵੇਂ ਹਜੀਤ ਸਿੰਘ ਸੱਜਣੀਆਂ ਭਾਵੇਂ ਜਿਹੜੇ ਕੈਨੇਡੀਅਨ ਐਮਪੀ ਹੈਗੇ ਨੇ ਉਹ ਖਾਲਸਤਾਨੀ ਨੇ ਇਹ ਗਲਤ ਅਫਵਾਹਾਂ ਪਹਿਲਾਂ ਹੀ ਤੋਂ ਇਹ ਫਲਾ ਰਹੇ ਨੇ ਤੇ ਹੁਣ ਇਹਨਾਂ ਤੋਂ ਇਹੋ ਜੀ ਗੱਲਬਾਤ ਸੁਣਨਾ ਕੋਈ ਮੇਰੇ ਵਾਸਤੇ ਕੋਈ ਸਰਪ੍ਰਾਈਜ਼ ਦੀ ਗੱਲ ਨਹੀਂ ਸੀਗੀ ਤੇ ਮੈਂ ਹੀ ਬੇਨਤੀ ਕਰਦਾ ਕਿ ਆਪਣੇ ਡੋਮੈਸਟਿਕ ਇਸ਼ੂਸ ਤੇ ਫੋਕਸ ਕਰਨ ਕੈਨੇਡਾ ਦੇ ਵਿੱਚ ਜੋ ਅਸੀਂ ਕਰਦੇ ਆ ਨਹੀਂ ਕਰਦੇ ਉਹ ਸਾਡਾ ਆਪਣਾ ਨਿੱਜੀ ਮਸਲਾ ਹੈ ਸੋ ਸਾਰੀ ਕਮਿਊਨਿਟੀ ਇੱਕਮੁੱਟ ਸੀਗੀ ਇਸ ਮੁੱਦੇ ਦੇ ਉੱਤੇ ਨਗਰਕੀਤਨ ਵੀ ਆ ਰਹੇ ਸੀਗੇ ਪ੍ਰੈਸ਼ਰ ਬਹੁਤ ਜ਼ਿਆਦਾ ਕਮਿਊਨਿਟੀ ਵੱਲੋਂ ਪੈ ਰਿਹਾ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਵੀ ਇਹ ਇਸ਼ੂ ਬਣ ਸਕਦਾ ਸੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੇ ਉਹਨਾਂ ਨੇ ਇਸ ਨੂੰ ਆਪਣੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਸ਼ਾਇਦ ਇਹ ਟਾਈਮਿੰਗ ਇਸ ਨਾਲ ਲੜਦੀ ਮਿਲਦੀ ਹੋ ਸਕਦੀ ਹੈ ਆ ਪਹਿਲੀ ਤਾਂ ਗੱਲ ਜਦੋਂ 2018 ਦੀ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਸਿੱਖ ਜਿਹੜਾ ਖਾਲਸਤਾਨੀ ਐਕਸਟ੍ਰੀਮਿਸਟ ਦਾ ਨਾਮ ਜਿਹੜਾ ਆਇਆ ਸੀਗਾ ਉਹਦੇ ਨਾਲ ਬڑا ਰੋਸ ਸੀਗਾ ਸਾਰੀ ਕਮਿਊਨਿਟੀ ਦੇ ਵਿੱਚ ਸੋ ਸਾਡੇ ਵਿੱਚ ਵੀ ਸੁਭਾਵਕ ਰੋਸ ਸੀਗਾ ਸਾਰੀਆਂ ਸੰਸਥਾਵਾਂ ਨੇ ਇਕੱਤਰ ਹੋ ਕੇ ਇਹਦੇ ਤੇ ਜਿਹੜਾ ਆਕਾਰ ਜਰੰਬਿਆ ਸੀਗਾ ਸੋ ਉਹਦੇ ਵਿੱਚ ਜਿਹੜੀ ਡਵੈਲਪਮੈਂਟ ਹੋਈ ਹੈਗੀ ਆ 7 ਮਈ ਅਪ੍ਰੈਲ ਨੂੰ ਜਿਹੜਾ ਬ੍ਰਿੰਟਨ ਸਿਟੀ ਹਾਲ ਦੇ ਵਿੱਚ ਮੀਟਿੰਗ ਹੋਈ ਹੈ ਉਹ ਤੋਂ ਬਾਅਦ ਦੇ ਵਿੱਚ ਸੋ ਹੁਣ ਰਿਪੋਰਟ ਦੇ ਵਿੱਚੋਂ ਜਿੰਨਾਂ ਕੋ ਇਹ ਪੈਰਾਗ੍ਰਾਫ ਕੱਢਿਆ ਗਿਆ ਹੈਗਾ ਠੀਕ ਹੈ ਗੁੱਡ ਸਟੈਪ ਹੈਗਾ ਪਰ ਹਜੇ ਸੰਤੋਸ਼ਟੀ ਪੂਰੀ ਨਹੀਂ ਹੈਗੀ ਕਿਉਂਕਿ ਉਂਗਲ ਹਾਲੇ ਵੀ ਜਿਹੜੀ ਹੈਗੀ ਆ ਉਹ ਸਿੱਖਾਂ ਵਾਲੀ ਕੀਤੀ ਗਈ ਹੈ ਰਿਪੋਰਟ ਦੇ ਵਿੱਚ ਸੋ ਇਹਦੇ ਜੇ ਕੁਝ ਹੁਣ ਥੋੜਾ ਹੋਇਆ ਹੈਗਾ ਅੱਗੇ ਵੀ ਹੋਣ ਹੋਵੇਗਾ ਸੋ ਇਹਦੇ ਤੇ ਸਟਿਲ ਸਾਨੂੰ ਵਰਕ ਕਰਨ ਦੀ ਲੋੜ ਹੈਗੀ ਆ ਸਾਰੀ ਕਮੇਟੀ ਨੂੰ ਇਕੱਠਿਆਂ ਹੋ ਕੇ ਜੇ ਅਸੀਂ ਇਕੱਠੇ ਹੈਗੇ ਆ ਅਸੀਂ ਬਹੁਤ ਪ੍ਰਾਪਤ ਪ੍ਰਾਪਤੀਆਂ ਕਰ ਸਕਦੇ ਹੈਗੇ ਆ ਸੋ ਆਉਣ ਵਾਲੇ ਸਮੇਂ ਵਿੱਚ ਵੀ ਸਾਰੀਆਂ ਸਸਾਵਾਂ ਦੇ ਨਾਲ ਰਲ ਕੇ ਸਾਰਿਆਂ ਨਾਲ ਮਿਲ ਕੇ ਸੰਗਤਾਂ ਦੇ ਵਿਚਾਰ ਲੈ ਕੇ ਕੀ ਆਪਾਂ ਨੂੰ ਕਰਨਾ ਚਾਹੀਦਾ ਕੀ ਨਹੀਂ ਕਰਨੀ ਕਰਨਾ ਚਾਹੀਦਾ ਸੋ ਸੋਚ ਵਿਚਾਰ ਕੇ ਸਿਆਣਪ ਦੇ ਨਾਲ ਅੱਗੇ ਵਧਣ ਦੀ ਸਾਨੂੰ ਲੋੜ ਹੈਗੀ ਆ ਸੋ ਰਲ ਮਿਲ ਕੇ ਇਸ ਰਿਪੋਰਟ ਦਾ ਜਿਹੜਾ ਅਗਲਾ ਸਟੈਪ ਇਹਦੇ ਤੇ ਆਪਾਂ ਕੀ ਕਰਨਾ ਹੈਗਾ ਸਾਰਾ ਪ੍ਰੋਗਰਾਮ ਬਣਾਇਆ ਜਾਊਗਾ ਫਿਰ ਸੰਗਤਾਂ ਦੇ ਨਾਲ ਉਹਦੀ ਸਾਂਝ ਪਾ ਕੇ ਸਾਰਿਆਂ ਨੂੰ ਦੱਸਿਆ ਜਾਊਗਾ ਸੋ ਇਹ ਇਹ ਇਸ ਪਰ ਇਹਦੇ ਸੰਬੰਧ ਵਿੱਚ ਅਸੀਂ ਇੰਨਾ ਹੀ ਕਹਿ ਸਕਦੇ ਹਾਂ ਕਿ ਅ ਮੈਂ ਤਾਂ ਇਹੀ ਕਹਾਂਗੀ ਕਿ ਇਹ ਇੱਕ ਵੈਲਕਮ ਫਰਸਟ ਸਟੈਪ ਆ ਅ ਥਿਸ ਇਸ ਨਾਟ ਅ ਰੈਕਟੀਫਿਕੇਸ਼ਨ ਇਨ ਐਨੀ ਵੇ ਕਿਉਂਕਿ ਜਿਹੜੀ ਇਹ ਜਿਹੜਾ ਸ਼ਬਦ ਹੈ ਸਿੱਖਾ ਨੂੰ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਪਾ ਕੇ ਤਕਰੀਬਨ 4 ਮਹੀਨੇ ਇਹਨੂੰ ਆਨਲਾਈਨ ਪਬਲਿਕ ਆਈਜ਼ ਦੇ ਵਿੱਚ ਰੱਖਿਆ ਗਿਆ ਜਿਹੜਾ ਸਾਡੀ ਕਮਿਊਨਿਟੀ ਦੇ ਨਾਲ ਡੈਮੇਜ ਹੋਇਆ ਉਹਦੇ ਬਾਰੇ ਹਾਲੇ ਜਿਹੜਾ ਗਾਂਵਾਲਾ ਫੈਸਲਾ ਉਹ ਗਵਰਨਮੈਂਟ ਨੇ ਲੈਣਾ ਕਿ ਇਹਨੂੰ ਰੈਕਟੀਫਾਈ ਕਿਸ ਤਰ੍ਹਾਂ ਕਰਨਾ ਇੱਕ ਵੈਲਕਮ ਫਰਸਟ ਸਟੈਪ ਹੈ ਜੀ ਔਰ ਅਸੀਂ ਦਾ ਵੈਲਕਮ ਕਰਦੇ ਹਾਂ ਅ ਇੱਕ ਤੇ ਜੀ ਅਸੀਂ ਇਹਦੇ ਕਾਰਨ ਪੁੱਛਣਾ ਚਾਹੁੰਨੇ ਗਵਰਨਮੈਂਟ ਤੋਂ ਕਿ ਜਿਹੜਾ ਇਹ ਜਿਹੜੇ ਸ਼ਬਦ ਨੇ ਇਹ ਸੇਫਟੀ ਰਿਪੋਰਟ ਦੇ ਵਿੱਚ ਇਸ ਸਾਲ ਕਿਉਂ ਸ਼ਾਮਲ ਕੀਤੇ ਗਏ ਇਹਦੇ ਪਿੱਛੇ ਕਾਰਨ ਕੀ ਸੀ ਦੂਸਰਾ ਅਗਰੇ ਦੇ ਪਿੱਛੇ ਕੋਈ ਕਾਰਨ ਨਹੀਂ ਸੀ ਤੇ ਫਿਰ ਗਵਰਨਮੈਂਟ ਇਹਦੇ ਤੋਂ ਮਾਫੀ ਮੰਗੇ ਜੀ ਸਭ ਤੋਂ ਪਹਿਲਾਂ ਜੀ ਮੈਂ ਵੈਲਕਮ ਕਰਨਾ ਚਾਹੁੰਗਾ ਜੀ ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਵੀ ਸਿੱਖ ਰਹਿੰਦੇ ਆ ਜੀ ਤਾਂ ਉਹਨਾਂ ਦੇ ਲਈ ਠੀਕ ਆ ਜੀ ਸੋ ਵਧੀਆ ਆ ਜੀ ਦੇਖੋ ਜਿਹੜਾ 4 ਮਹੀਨੇ ਰਿਹਾ ਜਿਹੜਾ ਸਿੱਖਾਂ ਦਾ ਸਿੱਖ ਕੌਮ ਦੀ ਜਿਹੜੀ ਇੱਥੇ ਰੋਸ ਸੀ ਰੋਸ ਸੀ ਲੋਕਾਂ ਦੇ ਵਿੱਚ ਔਰ ਸਰਕਾਰ ਨੂੰ ਲੱਗਦਾ ਸੀ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਦਾ ਭਾਰੀ ਅਸਰ ਹੋਏਗਾ ਔਰ ਮੇਰੇ ਖਿਆਲ ਦੇ ਵਿੱਚ ਚੋਣਾਂ ਤੋਂ ਐਗਜ਼ੈਕਟ ਪਹਿਲਾਂ ਕੋਈ ਦਿਨ ਪਹਿਲਾਂ ਜਦੋਂ ਕਿ ਪ੍ਰਧਾਨ ਮੰਤਰੀ ਨੇ ਕੱਲ ਇੱਥੇ ਆਉਣਾ ਸੀ ਐਂ ਸ਼ਾਮ ਕੱਲ ਰੈਲੀ ਉਹਦੀ ਅਟੈਂਡ ਕੀਤੀ ਐ ਤੇ ਉਤੋਂ ਪਹਿਲਾਂ ਉਹਨਾਂ ਨੇ ਉਹ ਨਾਂ ਜਿਹੜਾ ਉੱਥੋਂ ਕੱਢ ਰਿਆ ਔਰ ਐਂ ਸਮਝਦੇ ਆ ਕਿ ਇਹਦੇ ਲਈ ਸਰਕਾਰ ਤਨਵਾਦ ਦੀ ਪਾਤਰ ਇਸ ਕਰਕੇ ਆ ਕਿ ਚਾਹੇ ਉਹਨਾਂ ਨੇ ਡਰ ਦੇ ਮਾਰੇ ਕੱਢਿਆ ਚਾਹੇ ਉਹਨਾਂ ਨੇ ਆਪਣੀ ਖੁਸ਼ੀ ਨਾਲ ਕੱਢਿਆ ਘਟੋ ਘਟੇ ਸਾਡੇ ਤੋਂ ਕਲੰਕ ਜਿਹੜਾ ਲੱਤ ਗਿਆ ਤੇਰੇ ਹਿਸਾਬ ਨਾਲ ਤੇ ਸਰਕਾਰ ਪੋਲੀਟੀਕਲ ਪ੍ਰੈਸ਼ਰ ਵਿੱਚ ਆ ਕੇ ਸਰਕਾਰ ਨੇ ਕੱਢਿਆ ਕੁਝ ਜਿਹੜੇ ਲਿਬਰਲ ਦੇਸੀ ਐਮਪੀ ਆ ਜਦੋਂ ਉਹਨਾਂ ਨੂੰ ਪੁੱਛਿਆ ਜਾ ਰਿਹਾ ਸੀ ਕਿ ਇਹ ਕਿਉਂ ਦਾਖਲ ਕੀਤਾ ਤੇ ਉਹ ਕਹਿ ਰਹੇ ਸੀ ਦੇਖੋ ਜੀ ਇਹ ਤੇ ਪੋਲੀਟੀਕਲ ਫੈਸਲਾ ਨਹੀਂ ਹੈ ਇਹ ਰਿਪੋਰਟ ਪੋਲੀਟੀਕਲ ਨਹੀਂ ਹੈ ਇਹ ਕੈਨੇਡਾ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਇਨਪੁਟ ਦੇ ਆਧਾਰਿਤ ਆ ਔਰ ਇੱਕ ਕੈਂਪੀਨ ਦੇ ਰੂਬੀ ਸੋਹਤਾਨੇ ਵੀ ਕਹਿੰਦਾ 7 ਤਰੀਕ ਦੀ ਮੀਟਿੰਗ 'ਚ 18 ਏਜੰਸੀਆਂ ਦੀ ਇਨਪੁਟ ਤੇ ਆਧਾਰਿਤ ਆ ਪੋਲੀਟੀਕਲ ਇਹ ਫੈਸਲਾ ਨਹੀਂ ਹੈ ਚਲੋ ਜੇ ਉਹ ਪੋਲੀਟੀਕਲ ਫੈਸਲਾ ਨਹੀਂ ਸੀ ਤੇ 18 ਏਜੰਸੀਆਂ ਦੇ ਆਧਾਰਿਤ ਸੀ ਘਟੋਟਾ ਕਟਾ ਫੈਸਲਾ ਡਾਕ ਕਰਨ ਵਾਲਾ ਜਰੂਰ ਪੋਲਿਟਿਕਲ ਹੈ ਇਨ ਮਾਈ ਓਪੀਨੀਅਨ ਸੋ ਇਹ ਜਿਹੜੇ ਜਿਹੜੀਆਂ ਸੰਸਥਾਵਾਂ ਦਬਾਅ ਪਾ ਰਹੀਆਂ ਸੀ ਇਹਨੂੰ ਬਾਹਰ ਕੱਢਿਆ ਜਾਵੇ ਸਰਟਨਲੀ ਇਹ ਉਹਨਾਂ ਦੀ ਵਿਕਟਰੀ ਹੈ ਉਹਨਾਂ ਦੀ ਜਿੱਤ ਹੈ ਉਹ ਸਰਕਾਰ ਨੂੰ ਇਹ ਮਰਾਉਣ ਵਿੱਚ ਕਾਮਯਾਬ ਰਹੇ ਆ ਪਰ ਐਟ ਦਾ ਸੇਮ ਟਾਈਮ ਜਿਹੜਾ ਜਿਹੜਾ ਉਹਦਾ ਹੁਣ ਹੈਡਿੰਗ ਆ ਕਿ ਭਾਰਤ ਵਿੱਚ ਵੱਖ ਸਟੇਟ ਦੀ ਡਿਮਾਂਡ ਕਰਨ ਵਾਲੇ ਗੱਲ ਤੇ ਉਹ ਵੀ ਉੱਥੇ ਆ ਜਾਂਦੀ ਹੈ ਇੰਡਾਇਰੈਕਟਲੀ ਮਸਲਾ ਤੇ ਫਿਰ ਵੀ ਖਾਲਸਤਾਨ ਤੇ ਹੀ ਖੜਾ ਹੈ ਜਿਹੜਾ ਵਰਕ ਸਟੇਟ ਮੰਗ ਰਿਹਾ ਉਹ ਖਾਲਸਤਾਨੀ ਹੈ ਸੋ ਇਨਡਾਇਰੈਕਟਲੀ ਅਜੇ ਵੀ ਉੱਥੇ ਐਸੇ ਕਾਰਨ ਮੈਂ ਸੁਣਿਆ ਕਿ ਕੁਝ ਜਿਹੜੀਆਂ ਸੰਸਥਾਵਾਂ ਡਿਮਾਂਡ ਕਰ ਰਹੀਆਂ ਸੀ ਕਿ ਸਾਰਾ ਰਿਮੂਵ ਕੀਤਾ ਜਾਵੇ ਉਹ ਹੁਣ ਇਹ ਕਹਿ ਰਹੀਆਂ ਕਿ ਅਸੀਂ ਥੋੜੇ ਤਾਂ ਸੈਟੀਸਫਾਈ ਆ ਪਰ ਪੂਰੀ ਤਰ੍ਹਾਂ ਸੈਟੀਸਫਾਈ ਅਸੀਂ ਅਜੇ ਨਹੀਂ ਹੈਗੇ ਦੇਖੋ ਜੀ ਨਾ ਤੇ ਚੋਣਾਂ ਦਾ ਤੇ ਪ੍ਰਭਾਵ ਜੇ ਉਹ ਹੂ ਬੂ ਰਹਿੰਦਾ ਤਾਂ ਪਹਿਣਾ ਸੀ ਤੇ ਨਾ ਇਹਦਾ ਚੋਣਾਂ ਤੇ ਪ੍ਰਭਾਵ ਹੁਣ ਪੈਣਾ ਇਹ ਮੇਰਾ ਲਰਨਡ ਓਪੀਨੀਅਨ ਆ ਕਿਉਂਕਿ ਲੋਕ ਜਿਹੜੇ ਆ ਉਹ ਲੋਕਲ ਇਸ਼ੂਜ਼ ਦੇ ਨਾਲ ਵੱਜੇ ਹੋਏ ਆ ਜਾਂ ਉਹ ਪੋਲੀਟੀਕਲ ਕਿਸੇ ਫਿਲਾਸਫੀ ਨਾਲ ਵੱਜੇ ਹੋਏ ਆ ਇੱਕ ਨੁਕਤੇ ਦੇ ਉੱਤੇ ਕੋਈ ਵੋਟਾਂ ਇੱਧਰ ਉੱਧਰ 5 400 ਹੋ ਜਾਏਗੀ ਕਿਤੇ ਵੱਡੀ ਪਦਰ ਤੇ ਜੇ ਹੋਗੀ ਤੇ ਨਾ ਤੇ ਉਹਨੇ ਪ੍ਰਭਾਵ ਪਾਉਣਾ ਸੀ ਮਾਸ ਪੱਦਰ ਤੇ ਨਾ ਇਹਨੇ ਕੋਈ ਇਦਾਂ ਪ੍ਰਭਾਵ ਪਾਉਣਾ ਹਾਂ ਕੁਝ ਜਿਹਾ ਜਿਹਾ ਬੰਦੀਆਂ ਜਿਹੜੀਆਂ ਬਹੁਤ ਵਿਰੋਧ ਕਰਦੀਆਂ ਸੀ ਉਹ ਕੁਸ਼ਾਂਤ ਹੋ ਜਾਣਗੀਆਂ ਹੁਣ ਇਹ ਮੇਰਾ ਓਪੀਨੀਅਨ ਆ ਪਹਿਲੀ ਗੱਲ ਆ ਸਿੱਖ ਹਮੇਸ਼ਾ ਹੀ ਚੜ੍ਹਦੀ ਕਲਾ ਚ ਸਰਬੱਤਾ ਪਲਾ ਚਾਹੁੰਦੇ ਆ ਸਰਬੱਤਾ ਪਲਾ ਦਸਾਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਨੇ ਹਰ ਇਨਸਾਨ ਨੂੰ ਬਰਾਬਰ ਦਾ ਹੱਕ ਦਿੱਤਾ ਆ ਤੇ ਲਫਜ਼ ਪਾਉਣਾ ਹੀ ਬੜੀ ਮਾੜੀ ਗੱਲ ਆ ਔਰ ਇਹਦੇ ਵਿੱਚ ਜਿੰਨੇ ਪਾਇਆ ਵਾ ਕਿਹਦੀ ਗੁੰਮ ਨਹੀਂ ਪਾ ਸਕਦੀ ਜੀ ਕਿਸੇ ਨੇ ਪਵਾਇਆ ਆ ਜਾਣ ਬੁੱਝ ਕੇ ਸਾਨੂੰ ਤਾਂ ਕਰਨ ਵਾਸਤੇ ਲੋਕਾਂ ਨੂੰ ਗੁੱਸੇ 'ਚ ਲਿਆਉਣ ਵਾਸਤੇ ਤੇ ਦੋਖਸਰ ਹੈ ਵੀ ਹਰ ਇੱਕ ਨੂੰ ਸਿੱਖ ਨੂੰ ਪਿਆਸੀ ਤਾਂ ਬੜੀ ਸ਼ਾਂਤ ਵੀ ਰਹਿਣੇ ਇੱਥੇ ਘਟੋ ਘਟ ਸਾਡੇ ਆਂਦੇ ਮੈਂਬਰ ਆਫ ਪਾਰਲੀਮੈਂਟ ਹੋਣ ਸਿੱਖ ਉੱਥੇ ਤੇ ਉਸੇ ਐਮਪੀ ਆ ਦੇ ਹੁੰਦਿਆ ਸਾਡੇ ਨਾਲ ਕੀਤਾ ਜਾਵੇ ਬੜੀ ਮਾੜੀ ਗੱਲ ਆ ਔਰ ਬੜੀ ਹੁਣ ਅਹੀਂ ਤਨਵਾਦ ਕਰਦੇ ਆ ਇਹਨਾਂ ਨੇ ਉਹ ਲਫਜ਼ ਕੱਢ ਦਿੱਤੇ ਆ ਹਾਂਜੀ ਤੇ ਇਹਦੇ ਬਾਰੇ ਦੱਸੋ ਕੀ ਕਿਹਾ ਜਾ ਕਰਦਾ ਪਾਉਂਡ ਵਾਲਿਆਂ ਦਾ ਬਹੁਤ ਵੱਡਾ ਕਸੂਰ ਆ ਪਤਾ ਨਹੀਂ ਕਿਹੜੀ ਗੱਲੋਂ ਪਾਇਆ ਉਹਨਾਂ ਨੇ ਕਾਦੇ ਵਾਸਤੇ ਪਾਇਆ ਜਾਂ ਕੋਈ ਟੈਨਸ਼ਨ ਕਰਨ ਵਾਸਤੇ ਤੇ ਇਹ ਸਾਨੂੰ ਦੁੱਖ ਬਹੁਤ ਹੋਇਆ ਹਰ ਸਾਰ ਸੇ ਇੱਕ ਨੂੰ ਹਰ ਸੇ ਇੱਕ ਨੂੰ ਦੁੱਖ ਹੋਇਆ ਕੈਪਟਨ ਪ੍ਰਿੰਸਪਾ ਦਾ ਰੂਸਾ ਲੈ ਕੇ ਲਾਹੌਰ ਬੈਠਾ ਉਹਨੂੰ ਤੇ ਪਤਾ ਹੀ ਕੋਈ ਨਹੀਂ ਪੰਜਾਬ ਕਿੱਥੇ ਆ ਉਹ ਤਾਂ ਰੂਸਾ ਲੈ ਕੇ ਲਾਹੌਰ ਬੈਠਾ ਉਹ ਤਾਂ ਉਹ ਤਾਂ ਪੰਜਾਬ ਚ ਆਉਂਦਾ ਹੀ ਨਹੀਂ ਮੇਰੇ ਖਿਆਲ ਆ ਜਾਂ ਬਾਹਰ ਨਿਕਲਦਾ ਕਿਤੇ ਇੱਥੇ ਸਾਡੇ ਗੁਰਦਲ ਸਾਹਿਬ ਆਇਆ ਮੈਂ ਖੁਦ ਨਾਲ ਹਾਂ ਜਦੋਂ ਉਹਨੇ ਆ ਕੇ ਤੇ ਸਰੋਪਾ ਲਿਆ ਸਾਡੇ ਕੋਲੋਂ ਉਸੇ ਜਿੱਥੇ ਪਿੱਛੇ ਖਾਲਸਾ ਲਿਖਿਆ ਉੱਥੇ ਉਹ ਬੋਲ ਕੇ ਗਿਆ ਤੇ ਉਹਨੇ ਸਰੋਪਾ ਲਿਆ ਹੁਣ ਕਹਿੰਦੇ ਮੈਂ ਵੇਖਿਆ ਨਹੀਂਗਾ ਇਹ ਇਨਸਾਨ ਇਹਦਾ ਬਦਲਦਾ ਹੈ ਆਪਣੀ ਉਮਰ ਦੇ ਹਿਸਾਬ ਨਾਲ ਬਦਲਦਾ ਕਿਉਂ ਬਦਲਦਾ ਇਹਨੂੰ ਇਹ ਚਾਹੀਦਾ ਨਹੀਂ ਇੱਕ ਸਿੱਖ ਹੋਣ ਦੇ ਨਾਤੇ ਇਹਨੂੰ ਇਸ ਤਰ੍ਹਾਂ ਲਮਲ ਸਾਨੂੰ ਆਤਵਾਦੀ ਕਹਿੰਦੇ ਉਹ ਵਿੱਚ ਸੰਭਲ ਹੋ ਗਿਆ ਨਾ ਅਗਰ ਸਿੱਖ ਆਤਵਾਦੀ ਆ ਤੇ ਫਿਰ ਅਮਰਿੰਦਰ ਸਿੰਘ ਨਾਲ ਆਤਵਾਦੀ ਆ ਉਹ ਵੀ ਐਕਸਟਰੀਮਿਸਟ ਆ ਪੰਜਾਬ ਦੇ ਸਾਰਾ ਹਰ ਸਿੱਖ ਉਹ ਛੱਕਾ ਚ ਨਹੀਂ ਆਉਂਦੇ ਯਾ ਅਮਰਿੰਦਰ ਸਿੰਘ ਨੇ ਸੇਕਾ ਜਨਾ ਬਾਦਲ ਸਾਹਿਬ ਆ ਸੁਬੀਰ ਹੋਣੀ ਆ ਤੇ ਇਹਨੇ ਬਾਕੀ ਹੋਰ ਜਿਹਨੇ ਪੰਜਾਬ ਦੇ ਸੇਕਾ ਜ ਹਿੰਦੁਸਤਾਨ ਦੇ ਦੁਨੀਆ ਸੇਖ ਆ ਇਹ ਰਿਪੋਰਟ ਸਿੱਖਾਂ ਨੂੰ ਅਤਵਾਦੀ ਕਹਿਣਾ ਹਰ ਸਿੱਖ ਨੂੰ ਇਹ ਬਹੁਤ ਮਾੜੀ ਗੱਲ ਹੋਈ ਆ ਇਹ ਤੇ ਅਮਰਿੰਦਰ ਸਿੰਘ ਨੂੰ ਰੋਲਦ ਕਰਨ ਜਾਂਦਾ ਵੀ ਅਸੀਂ ਅਤਵਾਦੀ ਅਮਰਿੰਦਰ ਸਿੰਘ ਜਿੱਤਰਾ ਦਾ ਅਮਰਿੰਦਰ ਹੋ ਜੇ ਅਸੀਂ ਆਈ ਸੇਕੋਂ ਦੀ ਚੜ੍ਹਦੀ ਗੱਲ ਲੱਭਦੇ ਆ ਢੂੰਡਦੇ ਆ ਕੋਸ਼ਿਸ਼ ਕਰਦੇ ਉਹ ਵੀ ਅਮਰਿੰਦਰ ਸਿੰਘ ਉਤਰਾ ਕਰਦਾ ਆ ਪਰ ਬਰਤ ਲਫਜ਼ ਪਰ ਤੇਣਾ ਇਹ ਬੜੀ ਮਾੜੀ ਗੱਲ ਆ ਮੈਂ ਤੇ ਹੁਕਮ ਵੀ ਅਮਰਿੰਦਰ ਸਿੰਘ ਜੀ ਤੁਸੀਂ ਨਾ ਲਾਹੌਰ ਚਲ ਜਾਓ ਰੂਸਾ ਕੋ ਜਾ ਕੇ ਰਹੋ ਤੁਸੀਂ ਪੰਜਾਬ ਛੱਡ ਤੁਸੀਂ ਸਿੱਖ ਸ਼ਬਦ ਸੇਫਟੀ ਲਿਸਟ ਵਿੱਚੋਂ ਕੱਢੇ ਜਾਣ ਦੇ ਉੱਪਰ ਰੂਬੀ ਸੋਤਾ ਦੀ ਗੱਲ ਸੁਣੀ ਤੁਸੀਂ ਆਮ ਲੋਕਾਂ ਦੀ ਗੱਲ ਸੁਣੀ ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਹੁਣ ਮੇਰੇ ਨਾਲ ਨੇ ਇੰਦਰਜੀਤ ਬੱਲ ਜੋ ਕਿ ਕੈਨੇਡਾ ਦੀ ਸਿੱਖ ਸਿਆਸਤ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਨੇ ਤੁਸੀਂ ਇਹਨਾਂ ਨੂੰ ਬਹੁਤ ਵਾਰ ਵੱਖ-ਵੱਖ ਮਸਲਿਆਂ ਦੇ ਉੱਪਰ ਗੱਲ ਕਰਦਿਆਂ ਸੁਣ ਚੁੱਕੇ ਹੋ ਇਹਨਾਂ ਨਾਲ ਗੱਲ ਕਰਦਿਆਂ ਸਭ ਤੋਂ ਪਹਿਲਾਂ ਤੇ ਤੁਸੀਂ ਇਹ ਦੱਸਿਓ ਜੀ ਸਭ ਤੋਂ ਪਹਿਲਾਂ ਰਿਐਕਸ਼ਨ ਕੀ ਹੈ ਜਦੋਂ ਸਿੱਖ ਸ਼ਬਦ ਕੱਢਿਆ ਗਿਆ ਸੇਫਟੀ ਲਿਸਟ ਵਿੱਚੋਂ ਵਿਸਾਖੀ ਤੋਂ ਐਨ ਪਹਿਲਾਂ ਦੇਰ ਆਏ ਦਰਸਤ ਆਏ ਪਰ ਮੈਨੂੰ ਇਹ ਲੱਗਦਾ ਕਿ ਇਹ ਸਾਰੇ ਜਿਹੜੇ ਪੋਲਿਟੀਕਲ ਜਿਹੜੀਆਂ ਚੀਜ਼ਾਂ ਜਾਂ ਕਈ ਸਰਕਾਰਾਂ ਵਕਤ ਜਿਹੜਾ ਰਾਈਟ ਟਾਈਮਿੰਗ ਹੈ ਉਹਦੀ ਵੇਟ ਕਰਦੀਆਂ ਨੇ ਪ੍ਰਾਈਮ ਮਿਸਟਰੀਓਡ ਸਾਹਿਬ ਨੇ ਬਹੁਤ ਵੱਡਾ ਨਗਰ ਕੀਰਤਨ ਜਿਹੜਾ ਵੈਂਕੂਵਰ ਦੀ ਧਰਤੀ ਤੇ ਹੁੰਦਾ ਹੈ ਜਿਹੜਾ ਪਿਛਲੇ ਸੰਡੇ ਸੀ ਉੱਥੇ ਜਾਣਾ ਸੀ ਤੋਂ ਉਹਦੇ ਵਾਸਤੇ ਬਹੁਤ ਜ਼ਰੂਰੀ ਸੀ ਕਿ ਲੋਕਾਂ ਦੇ ਜਿਹੜੇ emotions ਨੂੰ ਉਹ ਠੀਕ ਕਰਨ ਵਾਸਤੇ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਇਸੇ ਛੋਟੀ ਜਿਹੀ ਮੈਂ ਮੈਨੂੰ ਪਤਾ ਨਹੀਂ ਇਹ ਗਲਤੀ ਆ ਕਿ ਇਹ ਗੱਲ ਕਿਉਂ ਹੋਈ ਜਾਂ ਏਜੰਸੀਜ਼ ਦੀ ਰਿਪੋਰਟ ਆ ਜੇ ਇਵਨ ਏਜੰਸੀਜ਼ ਦੀ ਰਿਪੋਰਟ ਆ ਮੈਂ ਸਮਝਦਾ ਮੇਰੀ ਆਪਣੀ رائے ਕਿ ਜਿਹੜੇ ਲੋਕਾਂ ਨੂੰ ਪਰਸਨਲ ਤੌਰ ਤੇ ਟਾਰਗੇਟ ਕਰਨਾ ਚਾਹੀਦਾ ਜੇ ਕੋਈ ਇਹਦੇ ਵਿੱਚ ਇਨਵੋਲ ਵਾਤੇ ਨਾ ਕਿ ਸਮੁੱਚੀ ਕਮਿਊਨਿਟੀ ਨੂੰ ਕਿਤੇ ਇੱਕ ਬਰਸ਼ ਦੇ ਨਾਲ ਆਪਾਂ ਪੇਂਟ ਕਰ ਦਈਏ ਨਾਟ ਓਨਲੀ ਫॉर द ਸਿੱਖ ਕੋਈ ਵੀ ਕਮਿਊਨਿਟੀ ਹੋਵੇ ਸਮੁੱਚੀ ਸਿੱਖ ਕਮਿਊਨਿਟੀ ਨੂੰ ਐਕਸਟਰੀਮਿਸਟ ਕਹਿ ਦੇਣਾ ਉਹ ਨੈਚੁਰਲੀ ਲੋਕਾਂ ਦੀਆਂ ਭਾਵਨਾਵਾਂ ਹਰਟ ਹੁੰਦੀਆਂ ਪਰ ਰੋਡੋ ਸਾਹਿਬ ਉੱਥੇ ਗਏ ਨੇ ਉਹ ਉਹਨਾਂ ਨੇ ਸ਼ਬਦ ਪਹਿਲਾਂ ਕੱਢਿਆ ਉੱਥੇ ਲੋਕਾਂ ਨੇ ਉਹਨਾਂ ਦਾ ਮਾਣ ਸਤਕਾਰ ਕੀਤਾ ਆਪਾਂ ਇੱਕ ਇਹੋ ਜਿਹੇ ਮੁਲਕ ਦੇ ਵਿੱਚ ਰਹਿੰਦੇ ਆ ਜਿਹੜਾ ਜੀ ਮਲਟੀਕਲਚਰ ਹੈ ਸਾਨੂੰ ਇੱਥੇ ਤੇਜਤ ਸਾਹਿਬ ਐਸ ਮੁਲਕ ਦੇ ਵਿੱਚ ਰਹਿੰਦੇ ਆ 125 ਵਰੇ ਹੋ ਗਏ ਨੇ 1897 ਦੀ ਸਾਡੀ ਅਫੀਸ਼ੀਅਲ ਤੌਰ ਤੇ ਆਮਦ ਹੈ ਵੈਸੇ ਤੇ ਉਦੋਂ ਵੀ ਪਹਿਲਾਂ ਦੀਆਂ ਗੱਲਾਂ ਨੇ ਇਹ ਤੇ ਸਾਡੇ ਬਜ਼ੁਰਗਾਂ ਦੀ ਬਹੁਤ ਵੱਡੀ ਦੇਣ ਹੈ ਇੱਥੇ ਉਹ ਭਵੇਂ ਫਰਸਟ ਵਰਲਡ ਵਾਰ ਦੀ ਗੱਲ ਕਹੀਏ ਸਰਦਾਰ ਬੁਖਮ ਸਿੰਘ ਉਹਨਾਂ ਨੇ ਸ਼ਹਾਦਤ ਦਿੱਤੀ ਇੱਥੇ ਕਿਜਨਰ ਦੇ ਵਿੱਚ ਉਹਨਾਂ ਦੀ ਉਹਨਾਂ ਦੀ ਕਬਰ ਹੈ ਤੇ ਉਸ ਤੋਂ ਬਾਅਦ ਸੈਕੰਡ ਵਰਲਡ ਵਾਰ ਦੇ ਵਿੱਚ ਅਸੀਂ ਇੱਥੇ ਤੇ ਰੇਅਰ ਰੋਲ ਬਿਲਡ ਕੀਤੀਆਂ ਜੰਗਲ ਸਾਫ਼ ਕੀਤੇ ਤੇ ਫੌਜ ਦੇ ਵਿੱਚ ਕੰਮ ਕੀਤਾ ਤੇ ਅੱਜ ਕੱਲ ਪੋਲਿਟਿਕਲ ਅਰੀਨੇ ਦੇ ਵਿੱਚ ਅਸੀਂ ਕਮਿਊਨਿਟੀ ਕਾਫੀ ਐਕਟਿਵ ਹੈ ਸਾਡੀ ਕਮਿਊਨਿਟੀ ਦਾ ਇੱਕ ਯੋਗਦਾਨ ਹੈ ਜਿੱਥੇ ਬਾਕੀ ਕਮਿਊਨਿਟੀਆਂ ਦਾ ਸਾਰਿਆਂ ਦਾ ਬਹੁਤ ਯੋਗਦਾਨ ਹੈ ਇੱਕ ਅਜੇਹਾ ਮੁਲਕ ਹੈ ਆਪਾਂ ਸਾਰੇ ਰਲ ਕੇ ਇਸ ਨੂੰ ਬਿਲਡ ਕਰਨਾ ਹੈ ਇਸ ਨੂੰ ਸਵੱਛ ਤੇ ਸੁੰਦਰ ਵੀ ਰੱਖਣਾ ਹੈ ਤੇ ਇੱਥੋਂ ਦੀ ਜਿਹੜੀ ਪੋਲਿਟਿਕਸ ਹੈ ਉਸ ਨੂੰ ਵੀ ਗੰਦਲਾ ਨਹੀਂ ਹੋਣ ਦੇਣਾ ਮੈਂ ਮੈਂ ਸਮਝਦਾ ਕਿ ਟਰੋਡੋ ਸਾਹਿਬ ਉਹਦੀ ਸਰਕਾਰ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਸ਼ਬਦ ਕੱਢ ਕੇ ਜਿਹੜੇ ਸਾਰੀ ਸੁੱਚੀ ਸਮੁੱਚੀ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਦੇ ਮਨਾਂ ਨੂੰ ਠੰਡ ਪਾਈ ਹੈ ਇਸ ਕਰਕੇ ਇੱਕ ਵਾਰ ਫਿਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਛਾ ਇੱਥੇ ਦੋ ਸਵਾਲ ਹੋਰ ਨਿਕਲਦੇ ਆ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹਦੇ ਵਿੱਚ ਇੱਕ ਪੋਲਿਟੀਕਲ ਮੋਟਿਵ ਹੋ ਸਕਦਾ ਕਿਉਂਕਿ ਚੋਣਾਂ ਸਿਰ ਤੇ ਨੇ ਦੂਜੇ ਪਾਸੇ ਜੇ ਪੰਜਾਬ ਤੋਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਬੜਾ ਭਾਰੀ ਵਿਰੋਧ ਕੀਤਾ ਬੜੇ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕੀਤੀ ਹੈ ਕੈਨੇਡਾ ਸਰਕਾਰ ਦੇ ਦੇ ਖਿਲਾਫ ਵੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਮੈਂ ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕਾ ਹਾਂ ਰਿਕਾਰਡ ਕਿ ਸਾਡੇ ਬੜੇ ਸਤਕਾਰਯੋਗ ਨੇ ਸਰ ਅਮਰਿੰਦਰ ਸਿੰਘ ਜੀ ਉਹ ਕਈ ਵਾਰੀ ਹੱਦੋਂ ਜ਼ਿਆਦਾ ਆਪਣੀਆਂ ਜਿਹੜੀਆਂ ਹੱਦਾਂ ਕਰਾਸ ਕਰਕੇ ਨਾ ਸਾਡੀ ਇੱਥੇ ਦੀ ਰਾਜਨੀਤੀ ਵਿੱਚ ਦਖਲ ਦਿੰਦੇ ਨੇ ਪਤਾ ਨਹੀਂ ਉਹ ਕਿਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਬੜੇ ਸਿਆਣੇ ਆਦਮੀ ਨੇ ਉਨਾਂ ਨੂੰ ਆਪਣਾ ਜਿਹੜੀ ਉਹਨਾਂ ਦੀ ਜੂਡਿਕਸ਼ਨ ਹੈ ਜਿਹੜੇ ਉਹਦੇ ਹੱਦ ਹੈ ਉਹ ਪੰਜਾਬ ਤੱਕ ਸੀਮਿਤ ਰਹਿਣਾ ਚਾਹੀਦਾ ਹੈ ਨਾ ਕਿ ਹਿੰਦੁਸਤਾਨ ਤੋਂ ਬਾਹਰ ਆ ਕੇ ਇੱਥੇ ਸਾਨੂੰ ਦੱਸਣਾ ਚਾਹੀਦਾ ਹੈ ਕਿ ਇੱਥੇ ਕੌਣ ਅਤਵਾਦੀ ਨੇ ਕੌਣ ਅਤਵਾਦੀ ਨਹੀਂ ਇੱਥੇ ਅਸੀਂ ਆਲਮੋਸਟ ਮਿਲੀਅਨ ਦੇ ਕਰੀਬ ਪੰਜਾਬ ਦੇ ਲੋਕ ਇੱਥੇ ਵਸਦੇ ਆ ਤੇ ਸਾਡੇ ਹੋਰ ਵੀ ਸਟੂਡੈਂਟ ਰੋਜ਼ ਆ ਰਹੇ ਨੇ ਜੇ ਕੰਟਰੀ ਇੰਨੀ ਮਾੜਾ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਉੱਥੇ ਬੱਚਿਆਂ ਨੂੰ ਬੇਨਤੀ ਕਰਨੀ ਚਾਹੀਦੀ ਕਿ ਮੈਂ ਤੁਹਾਨੂੰ ਇੱਥੇ ਜੋਬਸ ਦਵਾਂਗਾ ਤੁਸੀਂ ਬਾਹਰ ਨਾ ਜਾਓ ਉੱਥੇ ਅਤਵਾਦੀ ਰਹਿੰਦੇ ਨੇ ਸਰਦਾਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਾਰ ਰਮਿੰਦਰ ਸਿੰਘ ਨੂੰ ਮੈਂ ਕਿਹਾ ਸਮਝਿਆ ਆਪਣੀਆਂ ਹਦੂਦ ਦੇ ਵਿੱਚ ਜੁੜਨ ਦੀ ਪੋਲਿਟੀਕਲ ਹਦਾਆਂ ਉਹਨਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਮੈਂ ਉਹਨਾਂ ਅੱਗੇ ਮੇਰੀ ਇਹ ਹੀ ਬੇਨਤੀ ਹੈ ਜੀ ਪ੍ਰਾਈਮੇਸ਼ਾ ਟੀਵੀ ਨੇ ਪੂਰੀ ਕੋਸ਼ਿਸ਼ ਕੀਤੀ ਗਈ ਹਰੇਕ ਪੱਖ ਹਰੇਕ ਧਿਰ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਇਸ ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਤਾਂ ਕਿ ਤੁਹਾਡੇ ਤੱਕ ਇੱਕ ਨਿਰਪੱਖ ਰਾਏ ਜੜੀ ਉਹ ਪਹੁੰਚ ਸਕੇ ਤੁਸੀਂ ਕੀ ਸੋਚਦੇ ਹੋ ਕਿ ਕੈਨੇਡਾ ਸਰਕਾਰ ਵੱਲੋਂ ਇਥੋਂ ਦੀ ਸੇਫਟੀ ਰਿਪੋਰਟ ਵਿੱਚ ਸਿੱਖ ਆਤਵਾਦੀ ਸ਼ਬਦ ਪਹਿਲਾਂ ਸ਼ਾਮਲ ਕੀਤੇ ਜਾਣਾ ਜਿੱਦ ਤੱਕ ਐਮਪੀ ਰੂਬੀਸ ਹੋਤਾ ਸਰਕਾਰ ਦਾ ਪੱਖ ਵੀ ਹੈ ਕਿ ਏਜੰਸੀਜ਼ ਦੇ ਆਪਣੇ ਲੈਵਲ ਦੇ ਉੱਪਰ ਇਹ ਕਰਦੀਆਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਹੋਵੇਗੀ ਬਾਅਦ ਚ ਜਦੋਂ ਰਿਵਿਊ ਕੀਤਾ ਗਿਆ ਤੇ ਉਸ ਸ਼ਬਦ ਨੂੰ ਕੱਢ ਦਿੱਤਾ ਗਿਆ ਪਰ ਅਜੇ ਵੀ ਕੁਝ ਜਥੇਬੰਦੀਆਂ ਇਹਦੇ ਤੇ ਪੂਰੀ ਤਰ੍ਹਾਂ ਜਿਹੜੀਆਂ ਸੰਤੁਸ਼ਟ ਨਜ਼ਰ ਨਹੀਂ ਆ ਰਹੀਆਂ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੇ ਜਵਾਬ ਜਿਹੜੇ ਆ ਉਹ ਕਮੈਂਟ ਦੇ ਰੂਪ ਵਿੱਚ ਵੀ ਦੇ ਸਕਦੇ ਹੋ ਤੇ ਜਾਂ ਸਾਨੂੰ ਸਾਡੇ ਵਟਸਐਪ ਨੰਬਰ ਉੱਪਰ ਵੀ ਮੈਸੇਜ ਕਰਕੇ ਦੱਸ ਸਕਦੇ ਹੋ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮੁੱਦੇ ਤਾਂ ਤਕਲੀ ਮੈਨੂੰ ਅਵਨੀ ਸਿੰਘ ਤੇਜਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ